ਤੁਸੀਂ ਜੁੜ ਚੁੱਕੇ ਹੋ ਚੱਕਦੇ ਟੀਵੀ ਨਾਲ ਤੇ ਮੈਂ ਹਾਂ ਸੁੱਖ ਪੱਟੀ ਵੱਲ ਲੈ ਕੇ ਹਾਜ਼ਰ ਹੋਇਆ ਕੋਰੋਨਾ ਵਾਇਰਸ ਦੀ ਤਾਜ਼ਾ ਅਪਡੇਟ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਕੋਰੋਨਾ ਦਾ ਕਹਿਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ 100 ਦਾ ਅੰਕੜਾ ਪਾਰ ਕਰ ਚੁੱਕੀ ਹੈ ਤੇ ਨਾਲ ਹੀ ਜਿਹੜੀਆਂ 8 ਮੌਤਾਂ ਹੋਈਆਂ ਨੇ। ਇਸ ਤੋਂ ਇਲਾਵਾ ਜੇ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਭਾਰਤ ਦੇ ਵਿੱਚ ਜਿਹੜੀਆਂ 5300 ਮਰੀਜ਼ ਸਾਹਮਣੇ ਆਏ ਨੇ ਤੇ ਜਿਨ੍ਹਾਂ ਦੇ ਵਿੱਚੋਂ 160 ਤੋਂ ਵੱਧ ਜਿਹੜੀਆਂ ਮੌਤਾਂ ਦੀ ਪੁਸ਼ਟੀ ਹੋਈ ਹੈਗੀ। ਤੇ ਨਾਲ ਹੀ ਜੇ ਵਿਸ਼ਵ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਦੇ ਵਿੱਚ ਵੀ ਜਿਹੜਾ ਕਹਿਰ ਆ ਉਹ ਲਗਾਤਾਰ ਜਾਰੀ ਆ। 14 ਲੱਖ ਲੋਕ ਨੇ ਜਿਹੜੇ ਉਹ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਦੇ ਨਾਲ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 82,000 ਵਿਅਕਤੀਆਂ ਨੇ ਆਪਣੀ ਜਾਨ ਗਵਾਤੀ ਆ। ਇੱਧਰ ਜੇ ਗੱਲ ਭਾਰਤ ਦੇ ਵਿੱਚ ਦਿੱਲੀ, ਕੇਰਲ, ਮਹਾਰਾਸ਼ਟਰ ਵਰਗੇ ਇਹ ਸੂਬਿਆਂ ਦੀ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਜਿਹੜਾ ਕੋਰੋਨਾ ਦਾ ਕਹਿਰ ਆ ਉਹ ਕਾਫੀ ਤੇਜ਼ ਦਿਖਾਈ ਦੇ ਰਿਹਾ ਹੈਗਾ। ਉੱਧਰ ਯੂਪੀ ਦੇ ਵਿੱਚ ਜਿਹੜਾ ਕੁਛ ਹਲਕੇ ਨੇ, ਜਿਹੜੇ ਕੁਛ ਇਲਾਕੇ ਨੇ, ਉਹ 30 ਅਪ੍ਰੈਲ ਤੱਕ ਸੀਲ ਕਰ ਦਿੱਤੇ ਗਏ ਨੇ, ਜਿੱਥੇ ਜਿੱਥੇ ਕੋਰੋਨਾ ਦਾ ਕਹਿਰ ਕਾਫੀ ਜ਼ਿਆਦਾ ਵੱਧ ਰਿਹਾ ਹੈਗਾ। ਉੱਥੋਂ ਜਿਹੜਾ ਯੂਪੀ ਦੇ ਵਿੱਚ ਉਹ ਹਲਕੇ ਨੇ ਜਿਹੜੇ ਉਹ 30 ਅਪ੍ਰੈਲ ਤੱਕ ਸੀਲ ਕਰ ਦਿੱਤੇ ਗਏ ਨੇ। ਇੱਦਾਂ ਦੀਆਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮਿਲਦੇ ਹੋ ਅੱਗੇ।